मैं मानयोग भगवंत मान जी ने साडे मुख्यमंत्री नूं बेनती करदा भी जिहड़ा भी कोई सहूलत हैगी ओह जिन्नी भी किसानां नूं देई जांदे आ कहिंदे झाड़कट निकलिया होर तां किसे स्टेट च मरिया नहीं कोई किसान ना हरियाणे च ना हिमाचल च ना मध्य प्रदेश च किते ये कल्ला पंजाब दा ही किसान डुबदा गा होर कौमां किन्नियां ने असी 10-10 हज़ार ते साढ़े हाथ देखो कि असी गुजारा करते हैं गे दिहाड़ियाँ कर असी किवें कम आपका टाइम कढ़दे आ तुसी कहिंदे 60-60 हज़ार ते सानू कोई मिलदा नहीं गा सानू बचदा नहीं किसान मर गया क्यों मर गया मेरे को 1.5 किला माहण दा मैं गुजारा किवें करदा तुसी 70-70 किलियां वाले ने हुण छेती कहिंदे सी मोदी दा ओह जी साडा अड़वानियां अनमानियां हुण कणक क्यों लाउंदे ने उहदे किसानां नूं पुछोगा हुण क्यों कणक लाउंदे ने उहदे 11 महीने तुसी साडियां दिहाड़ियां मारदे रहे हो चक्के झंडी उत्थे कढ ले तीजे दिन चक्के झंडी इधर तुर पे चंगा थोनू रुपये बनते ने चंगा खाण नूं मिलदा गा थोनू की लोड़ आ साडे ते मन गल करन दी होर कौमां किन्नियां पंजाब च होर तां कोई मरिया नहीं कोई धरना नहीं लाउंदा कल्ला किसान ही मरदा गा मरन दे कम कर लो आपदा कम असी करना नहीं थोनू सरकारां सहूलतां देणगियां सरकार किन्ना किधर दे जाऊ किसान कहिंदे सानू कुछ बचदा नहीं गा सानू गरीब बंदे नू 4-4 किले वाहन दे देना असी सानू असी बिल भी आपदा आप भरांगे मोटरां दा बिल भी असी आप भरांगे घरां दा भी आप भरांगे जवाकां नू पढ़ावांगे भी आप सारा कुछ असी आप करांगे ਸਾਡੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ ਜਾਣ ਕਿਸਾਨ ਕਹਿੰਦੇ ਸਾਨੂੰ ਕੁਝ ਬਚਦਾ ਨਹੀਂ ਨਹੀਂ ਬਚਦਾ ਸਾਰਾ ਜਿਹੜਾ ਵਾਹਣ ਹੈਗਾ ਵੈ ਕਰ ਦਿਓ ਫੈਕਟਰੀਆਂ ਲੱਗ ਜਾਣ ਦਿਓ ਕੰਮ ਮਿਲੇ ਸਾਨੂੰ ਰੁਜ਼ਗਾਰ ਮਿਲੇ ਖੇਤੀ ਛੱਡ ਦਿਓਗਾ ਇਹਦੇ ਕੋਲੇ ਕਿੱਲਾ ਵਾਹਣ ਦਾ ਹੈਗਾ ਇਹ ਵੀ ਵਿਚਾਰਾ ਗੁਜ਼ਾਰਾ ਕਰਦਾ ਹੀ ਹੈ ਇਹ ਤਾਂ ਕਿਤੇ ਕਿਸੇ ਧਰਨੇ 'ਚ ਗਿਆ ਨਹੀਂ ਸਾਨੂੰ ਲੋੜ ਹੀ ਨਹੀਂ ਧਰਨੇ 'ਤੇ ਜਾਣ ਦੇ ਅਸੀਂ ਕਿਉਂ ਜਾਵਾਂਗੇ ਧਰਨੇ 'ਤੇ ਸਾਡਾ ਮਤਬਲੀ ਨਹੀਂ ਅਸੀਂ ਆਪਦਾ ਕੰਮ ਕਰਦੇ ਹਾਂ ਕਿਰਤ ਕਰਦੇ ਹਾਂ ਕੰਮ ਰੋਟੀ ਖਾਂਦੇ ਹਾਂ ਤੁਸੀਂ ਦੇਖ ਲਓ ਕਰਕੇ ਤੁਸੀਂ ਚੰਗੇ ਚਿੱਟੇ ਲੀੜੇ ਪਾਉਣੇ ਆ ਚੰਗੀ ਦਾਰੂ ਪੀਣੀ ਆ ਕਿ ਮੰਦਾ ਬੋਲਣਾ ਧਰਨੇ ਲਾ ਲਏ DC ਦਾ ਘਰੋ ਕਰ ਲਿਆ ਫਲਾਨਾ ਰੋਡ ਰੋਕ ਲਿਆ ਜੀ ਲੋਕ ਜਨਤਾ ਸਾਡੀ ਧੱਕੇ ਖਾਂਦੀ ਫਿਰਦੀ ਆ ਕਿੰਨੀਆਂ ਕੌਮਾਂ ਨੇ ਸਾਡੇ 'ਚ ਹਰੀਜਨ ਕਿੰਨੇ ਨੇ ਕੰਮ ਕਰਨ ਵਾਲੇ ਜੱਟ 50% ਨੇ ਜਿਹੜੇ ਦਿਹਾੜੀ ਕਰ ਰਹੇ ਨੇਗੇ ਉਹ ਤਾਂ ਕਹਿੰਦੇ ਨਹੀਂ ਵੀ ਅਸੀਂ ਮਰਦੇ ਹਾਂ ਲੈ ਕੇ ਲੋਨ ਲੈ ਕੇ ਚੰਗੀਆਂ ਗੱਡੀਆਂ ਕੋਠੀਆਂ ਪਾ ਲਈਆਂ ਕਰਜ਼ਾ ਚੜ੍ਹ ਗਿਆ ਮੋੜਨ ਵੇਲੇ ਝੰਡਾ ਚੱਕ ਲਿਆ ਮੇਰੇ ਵਰਗੇ ਨੇ ਜਾਂ ਗਲ 'ਚ ਪਾ ਲਿਆ ਸਾਫਾ ਫਿਰ ਡੈਡ ਬੋਡੀ ਧਰ ਲਈ ਛੱਡ ਕੇ ਮਾਮਜਾ ਦੇ ਕੋਈ ਬੰਦੇ ਨੂੰ ਨੌਕਰੀ ਦਿਓ ਮੈਂਬਰ ਨੂੰ ਇਸੇ ਕੰਮ 'ਤੇ ਰਹਿ ਗਏ ਸੀ ਮੈਂ ਮਾਨਯੋਗ ਭਗਵੰਤ ਮਾਨ ਜੀ ਨੂੰ ਸਾਡੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਸਹੂਲਤ ਹੈਗੀ ਉਹ ਜਿੰਨੀ ਵੀ ਕਿਸਾਨਾਂ ਨੂੰ ਦੇਈ ਜਾਂਦੇ ਆ ਕਹਿੰਦੇ ਝਾੜਕੱਟ ਨਿਕਲਿਆ ਹੋਰ ਤਾਂ ਕਿਸੇ ਸਟੇਟ 'ਚ ਮਰਿਆ ਨਹੀਂ ਕੋਈ ਕਿਸਾਨ ਨਾ ਹਰਿਆਣੇ 'ਚ ਨਾ ਹਿਮਾਚਲ 'ਚ ਨਾ ਮੱਧ ਪ੍ਰਦੇਸ਼ 'ਚ ਕਿਤੇ ਇਹ ਇਕੱਲਾ ਪੰਜਾਬ ਦਾ ਹੀ ਕਿਸਾਨ ਡੁੱਬਦਾ ਗਾ ਹੋਰ ਕੌਮਾਂ ਕਿੰਨੀਆਂ ਨੇ ਅਸੀਂ 10-10 ਹਜ਼ਾਰ ਤੇ ਸਾਡੇ ਹੱਥ ਦੇਖੋ ਕਿ ਅਸੀਂ ਗੁਜ਼ਾਰਾ ਕਰਦੇ ਹਾਂਗੇ ਦਿਹਾੜੀਆਂ ਕਰ ਅਸੀਂ ਕਿਵੇਂ ਕੰਮ ਆਪਦਾ ਟਾਈਮ ਕੱਢਦੇ ਹਾਂ ਤੁਸੀਂ ਕਹਿੰਦੇ 60-60 ਹਜ਼ਾਰ ਤੇ ਸਾਨੂੰ ਕੋਈ ਮਿਲਦਾ ਨਹੀਂ ਗਾ ਸਾਨੂੰ ਬਚਦਾ ਨਹੀਂ ਕਿਸਾਨ ਮਰ ਗਿਆ ਕਿਉਂ ਮਰ ਗਿਆ ਮੇਰੇ ਕੋਲੇ 1.5 ਕਿਲਾ ਮਾਹਣ ਦਾ ਮੈਂ ਗੁਜ਼ਾਰਾ ਕਿਵੇਂ ਕਰਦਾ ਤੁਸੀਂ 70-70 ਕਿਲਿਆਂ ਵਾਲੇ ਨੇ ਹੁਣ ਛੇਤੀ ਕਹਿੰਦੇ ਸੀ ਮੋਦੀ ਦਾ ਉਹ ਜੀ ਸਾਡਾ ਅਡਵਾਨੀਆਂ ਅਨਮਾਨੀਆਂ ਹੁਣ ਕਣਕ ਕਿਉਂ ਲਾਉਂਦੇ ਉਹਦੇ ਕਿਸਾਨਾਂ ਨੂੰ ਪੁੱਛੋਗਾ ਹੁਣ ਕਿਉਂ ਕਣਕ ਲਾਉਂਦੇ ਨੇ ਉਹਦੇ 11 ਮਹੀਨੇ ਤੁਸੀਂ ਸਾਡੀਆਂ ਦਿਹਾੜੀਆਂ ਮਾਰਦੇ ਰਹੇ ਹੋ ਚੱਕੇ ਝੰਡੀ ਉੱਥੇ ਕੱਢ ਲਏ ਤੀਜੇ ਦਿਨ ਚੱਕੇ ਝੰਡੀ ਇੱਧਰ ਤੁਰ ਪਏ ਚੰਗਾ ਤੁਹਾਨੂੰ ਰੁਪਈਏ ਬਣਦੇ ਨੇ ਚੰਗਾ ਖਾਣ ਨੂੰ ਮਿਲਦਾ ਗਾ ਤੁਹਾਨੂੰ ਕੀ ਲੋੜ ਆ ਸਾਡੇ ਤੇ ਮਨ ਗੱਲ ਕਰਨ ਦੀ ਹੋਰ ਕੌਮਾਂ ਕਿੰਨੀਆਂ ਪੰਜਾਬ 'ਚ ਹੋਰ ਤਾਂ ਕੋਈ ਮਰਿਆ ਨਹੀਂ ਕੋਈ ਧਰਨਾ ਨਹੀਂ ਲਾਉਂਦਾ ਇਕੱਲਾ ਕਿਸਾਨ ਹੀ ਮਰਦਾ ਗਾ ਮਰਨ ਦੇ ਕੰਮ ਕਰ ਲਓ ਆਪਦਾ ਕੰਮ ਅਸੀਂ ਕਰਨਾ ਨਹੀਂ ਤੁਹਾਨੂੰ ਸਰਕਾਰਾਂ ਸਹੂਲਤਾਂ ਦੇਣਗੀਆਂ ਸਰਕਾਰ ਕਿੰਨਾ ਕਿਧਰ ਦੇ ਜਾਊ ਕਿਸਾਨ ਕਹਿੰਦੇ ਸਾਨੂੰ ਕੁਛ ਬਚਦਾ ਨਹੀਂ ਗਾ ਸਾਨੂੰ ਗਰੀਬ ਬੰਦਿਆਂ ਨੂੰ 4-4 ਕਿਲੇ ਵਾਹਣ ਦੇ ਦੇਣਾ ਅਸੀਂ ਸਾਨੂੰ ਅਸੀਂ ਬਿੱਲ ਵੀ ਆਪਦਾ ਆਪ ਭਰਾਂਗੇ ਮੋਟਰਾਂ ਦਾ ਬਿੱਲ ਵੀ ਅਸੀਂ ਆਪ ਭਰਾਂਗੇ ਘਰਾਂ ਦਾ ਵੀ ਆਪ ਭਰਾਂਗੇ ਜਵਾਕਾਂ ਨੂੰ ਪੜ੍ਹਾਵਾਂਗੇ ਵੀ ਆਪ ਸਾਰਾ ਕੁਛ ਅਸੀਂ ਆਪ ਕਰਾਂਗੇ ਸਾਡੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ ਜਾਣ ਕਿਸਾਨ ਕਹਿੰਦੇ ਸਾਨੂੰ ਕੁਛ ਬਚਦਾ ਨਹੀਂ ਨਹੀਂ ਬਚਦਾ ਸਾਰਾ ਜਿਹੜਾ ਵਾਹਣ ਹੈਗਾ ਵੈ ਕਰ ਦਿਓ ਫੈਕਟਰੀਆਂ ਲੱਗ ਜਾਣ ਦਿਓ ਕੰਮ ਮਿਲੇ ਸਾਨੂੰ ਰੁਜ਼ਗਾਰ ਮਿਲੇ ਖੇਤੀ ਛੱਡ ਦਿਓਗਾ ਇਹਦੇ ਕੋਲੇ ਕਿੱਲਾ ਵਾਹਣ ਦਾ ਹੈਗਾ ਇਹ ਵੀ ਵਿਚਾਰਾ ਗੁਜ਼ਾਰਾ ਕਰਦਾ ਹੀ ਹੈ ਇਹ ਤਾਂ ਕਿਤੇ ਕਿਸੇ ਧਰਨੇ 'ਚ ਗਿਆ ਨਹੀਂ ਸਾਨੂੰ ਲੋੜ ਹੀ ਨਹੀਂ ਧਰਨੇ 'ਤੇ ਜਾਣਦੇ ਅਸੀਂ ਕਿਉਂ ਜਾਵਾਂਗੇ ਧਰਨੇ 'ਤੇ ਸਾਡਾ ਮਤਬਲੀ ਨਹੀਂ ਅਸੀਂ ਆਪਦਾ ਕੰਮ ਕਰਦੇ ਹਾਂ ਕਿਰਤ ਕਰਦੇ ਹਾਂ ਕੰਮ ਰੋਟੀ ਖਾਂਦੇ ਹਾਂ ਤੁਸੀਂ ਦੇਖ ਲਓ ਕਰਕੇ ਤੁਸੀਂ ਚੰਗੇ ਚਿੱਟੇ ਲੀੜੇ ਪਾਉਣੇ ਆ ਚੰਗੀ ਦਾਰੂ ਪੀਣੀ ਆ ਕਿ ਮੰਦਾ ਬੋਲਣਾ ਧਰਨੇ ਲਾ ਲਏ DC ਦਾ ਘਰੋ ਕਰ ਲਿਆ ਫਲਾਨਾ ਰੋਡ ਰੋਕ ਲਿਆ ਜੀ ਲੋਕ ਜਨਤਾ ਸਾਡੀ ਧੱਕੇ ਖਾਂਦੀ ਫਿਰਦੀ ਆ ਕਿੰਨੀਆਂ ਕੌਮਾਂ ਨੇ ਸਾਡੇ 'ਚ ਹਰੀਜਨ ਕਿੰਨੇ ਨੇ ਕੰਮ ਕਰਨ ਵਾਲੇ ਜੱਟ 50% ਨੇ ਜਿਹੜੇ ਦਿਹਾੜੀ ਕਰ ਰਹੇ ਨੇਗੇ ਉਹ ਤਾਂ ਕਹਿੰਦੇ ਨਹੀਂ ਵੀ ਅਸੀਂ ਮਰਦੇ ਹਾਂ
ਲੈ ਕੇ ਲੋਨ ਲੈ ਕੇ ਚੰਗੀਆਂ ਗੱਡੀਆਂ ਕੋਠੀਆਂ ਪਾਲੀਆਂ ਕਰਜ਼ਾ ਚੜ ਗਿਆ ਮੋੜਨ ਵੇਲੇ ਝੰਡਾ ਚੱਕ ਲਿਆ ਮੇਰੇ ਵਰਗੇ ਨੇ ਜਾਂ ਗਲ 'ਚ ਪਾ ਲਿਆ ਸਾਫਾ ਫਿਰ ਡੈੱਡ ਬੋਡੀ ਧਰ ਲਈ ਛੱਡ ਕੇ ਤੇ ਮਾਮਜਾ ਦੇ ਕੋਈ ਬੰਦੇ ਨੂੰ ਨੌਕਰੀ ਦਿਓ ਮੈਂਬਰ ਨੂੰ ਇਸੇ ਕੰਮ 'ਤੇ ਰਹਿ ਗਏ ਅਸੀਂ।